ਬੜੀ ਸ਼ੈਤਾਨੀ ਨਾ ਸਾਰੀ ਉਹ ਜਿਹਦਾ ਨਾ ਕਹਾਣੀ ਸਕ੍ਰਿਪਟ ਲਿਖੀ ਗਈ ਆ ਟੂ ਗੈਟ ਅ ਸਰਟਨ ਰਿਜ਼ਲਟ ਫਿਰ ਗੁਰੂ ਨਾਨਕ ਦੇਵ ਜੀ ਦੀ ਕੋਟ ਇੱਕ ਲਿਖੀ ਹੋਈ ਹੈ ਇੰਗਲਿਸ਼ ਟ੍ਰਾਂਸਲੇਸ਼ਨ ਦੇ ਵਿੱਚ ਉਹ ਮੈਨੂੰ ਤਾਂ ਲੱਭੀ ਨਹੀਂ ਗੁਰਮੁਖੀ ਚ ਕਿੱਥੇ ਆ ਜਾਂ ਆਪਣੇ ਗੁਰੂ ਗ੍ਰੰਥ ਸਾਹਿਬ ਚ ਕਿੱਥੇ ਆ ਜਿਹੜੇ ਭਗਤ ਰਵਿਦਾਸ ਨੇ ਉਹਨਾਂ ਦਾ ਡੇਟ ਆਫ ਬਰਥ ਗਲਤ ਲਿਖਿਆ ਹੋਇਆ ਸਿੱਖ ਵਰਸਸ ਦਲਿਤ ਜਿਹੜਾ ਨੈਰੇਟਿਵ ਸਿਰਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬੇਸਿਕਲੀ ਗਵਰਨਮੈਂਟ ਦੀ ਇੰਟੈਂਸ਼ਨ ਤਾਂ ਬਹੁਤ ਵਧੀਆ ਆ ਜੀ ਬੇ ਐਂਟੀ ਰੇਸਿਜ਼ਮ ਲਈ ਮੇਰੇ ਖਿਆਲ ਉਹਨਾਂ ਨੇ 200 ਜਾਂ 300 ਮਿਲੀਅਨ ਅਲਾਟ ਕੀਤਾ ਹੋਇਆ ਜਿੱਦੂ ਗ੍ਰਾਂਟ ਲਿਖਣ ਦਾ ਇਲਮ ਹੋ ਜਾਂਦਾ ਫਿਰ ਤੁਹਾਡਾ ਸਾਰਾ ਫੋਕਸ ਇਹੀ ਰਹਿੰਦਾ ਵੀ ਗ੍ਰਾਂਟ ਕਿਹੜੀ ਅਵੇਲੇਬਲ ਆ ਕੰਪੈਸ਼ਨੇਟ ਨਾਰਸਿਸਿਜ਼ਮ ਸੋ ਤੁਹਾਨੂੰ ਲੱਗ ਰਿਹਾ ਤੁਸੀਂ ਬਹੁਤ ਵਧੀਆ ਗੱਲ ਕਰ ਰਹੇ ਹੋ ਪਰ ਤੁਸੀਂ ਧਿਆਨ ਆਪਣੇ ਵੱਲ ਖਿੱਚਣਾ ਚਾਹੁੰਦੇ ਹੋ ਸਾਰੇ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਲਿਜਾਈ ਜਾਣੀਆਂ ਵੱਖਰੇ ਵੱਖਰੇ ओके ਤੇ ਜਦੋਂ ਗੁਰਦਾਰਾ ਸਾਹਿਬ ਨੇ ਪੜਨੀ ਆ ਹਾਂ ਉਹਨਾਂ ਨੇ ਕਹਿਣਾ ਵੀ ਨਹੀਂ ਤੁਸੀਂ ਸਾਡੇ ਗੁਰੂ ਸਾਹਿਬ ਦਾ ਅਦਬ ਦੀ ਗੱਲ ਨਹੀਂ ਕੀਤੀ ਹੋਈ ਇੱਥੇ ਅੱਜਕੱਲ ਆ ਅਮਰ ਸਿੰਘ ਚਮਕੀਲਾ ਦੇ ਸੰਦਰਭ ਵਿੱਚ ਜੇ ਕੋਈ ਗੱਲ ਜ਼ਿਆਦਾ ਹੋ ਰਹੀ ਹੈ ਸੋਸ਼ਲ ਮੀਡੀਆ ਤੇ ਤੇ ਉਸ ਫਿਲਮ ਦੇ ਹਵਾਲੇ ਤੋਂ ਜਿਹੜੀ ਕਿ ਬੀਤੇ ਦਿਨੀ ਰਿਲੀਜ਼ ਹੋਈ ਆ ਜੀ ਜੀ ਜਿਹੜੀ ਇਹ ਐਗਜ਼ਿਬਿਸ਼ਨ ਆ ਜੀ ਓਵਰਕਾਸਟ ਇਹਦੇ ਵਿੱਚ ਵੀ ਅਮਰ ਸਿੰਘ ਚਮਕੀਲਾ ਦਾ ਜ਼ਿਕਰ ਹੈ ਇਦੇ ਵਿੱਚ ਹੋਰ ਵੀ ਉਸੇ ਕਤਾਰ ਦੇ ਵਿੱਚ ਕਿੰਨਿਆਂ ਨੂੰ ਹੀ ਹੋਰਨਾਂ ਨੂੰ ਖੜਾ ਹੋਰਨਾਂ ਨੂੰ ਖੜਾ ਕਰ ਦਿੱਤਾ ਗਿਆ ਇਹਦਾ ਵਿਸ਼ਾ ਵਸਤੂ ਕੀ ਹੈ ਇਸ ਐਗਜ਼ਿਬਿਸ਼ਨ ਦਾ ਤੇ ਉਹਦੇ ਵਿੱਚ ਕਿਹੜੀਆਂ ਉਹ ਚੀਜ਼ਾਂ ਨੇ ਜਿਹੜੀਆਂ ਕਿ ਕਨਸਰਨਿੰਗ ਨੇ ਜਿਨੇ ਜਿਨੇ ਤੁਹਾਨੂੰ ਇਸ ਚੀਜ਼ ਲਈ ਮਜਬੂਰ ਕੀਤਾ ਵੀ ਤੁਸੀਂ ਇੱਕ ਵਕੀਲ ਹਾਇਰ ਕਰਕੇ ਇਹ ਚਿੱਠੀ ਚਿੱਠੀਆਂ ਲਿਖਵਾ ਕੇ ਸਵਾਲਾਂ ਦੇ ਜਵਾਬ ਮੰਗਾਓ ਜੀ ਜੀ ਪਹਿਲਾਂ ਤਾਂ ਜੀ ਇਹ ਜਿਹੜੀ ਐਗਜ਼ਿਬਿਸ਼ਨ ਹੈ ਨਾ ਫੈਡਰਲੀ ਫੰਡਡ ਹੈ ओके ਉਹਦੇ ਵਿੱਚ तकरीबन ਅੱਧੀ ਦਰਦਨ ਤੋਂ ਜ਼ਿਆਦਾ ਜਿਹੜੇ ਆਪਣੇ ਐਜੂਕੇਸ਼ਨਲ ਜਾਂ ਅਕਾਡੈਮਿਕ ਇੰਸਟੀਚਿਊਸ਼ਨ ਨੇ ਕੈਨੇਡੀਅਨ ਤੇ ਅਮਰੀਕਨ ਉਹ ਇਨਵੋਲਵ ਨੇ ओके ਤੇ ਇਦਾਂ ਹੀ ਰਿਸਰਚਰਸ ਦੇ ਨਾਮ ਵੀ ਲਿਖੇ ਹੋਏ ਨੇ ਕੌਣ-ਕੌਣ ਨੇ ਅੱਛਾ ਜੀ ਅ ਔਰ ਜਿਹੜੀ ਤੁਸੀਂ ਚਮਕੀਲੇ ਦਾ ਜ਼ਿਕਰ ਕੀਤਾ ਮੈਂ ਜਿੱਦਾਂ ਨਾ ਕਾਂਸਪੀਰੇਸੀ ਥਿਉਰੀ ਤਾਂ ਨਹੀਂ ਜਾਵਾਂਗਾ ਹਮ ਪਰ ਕਿਸੇ ਵਜ੍ਹਾ ਕਰਕੇ ਚਮਕੀਲੇ ਦਾ ਉੱਥੇ ਪ੍ਰੈਜ਼ੈਂਸ ਹੈਗੀ ਆ ਹਮ ਔਰ ਜਿਹੜੀ ਐਗਜ਼ਿਬਿਸ਼ਨ ਹੈ ਉਹ ਐਂਟੀ ਰੇਸਿਜ਼ਮ ਤੇ ਆ ਹਮ ਹੈਗੀ ਕੈਨੇਡਾ ਦੇ ਵਿੱਚ ਆ ਹਮ ਸੋ ਚਮਕੀਲਾ ਕਿਉਂ ਆ ਉੱਥੇ ਇਹਦੇ ਬਾਰੇ ਤਾਂ ਜਿਹੜੇ ਜਿਹੜੇ ਸਾਮੇਦਾਰ ਲੋਕ ਆ ਉਹ ਆਪ ਜਾ ਕੇ ਦੇਖ ਸਕਦੇ ਨੇ ਕਿਉਂਕਿ ਜਿਹੜੇ ਉੱਥੇ ਚਿੰਨ੍ਹ ਨੇ ਤੇ ਜਿਹੜੇ ਪ੍ਰਤੀਕ ਨੇ ਉਹਨਾਂ ਜਿਹੜੀ ਸਾਨਤ ਮਾਰੀ ਹੋਈ ਆ ਉਹਦੀ ਨਾ ਜਿਹੜੇ ਉਹਦੇ ਰਹਾਸ ਸਮਝਣ ਦੀ ਲੋੜ ਆ ਬੇਸਿਕਲੀ ਜੀ ਤੋ ਉਹ ਮੈਂ ਵਰਡ ਯੂਜ਼ ਕਰਾਂਗਾ ਜੀ ਸ਼ੈਤਾਨੀ ਬੜੀ ਸ਼ੈਤਾਨੀ ਨਾਲ ਸਾਰੀ ਉਹ ਜਿਹਦਾ ਨਾ ਕਹਾਣੀ ਸਕ੍ਰਿਪਟ ਲਿਖੀ ਗਈ ਆ ਟੂ ਗੈਟ ਅ ਸਰਟਨ ਰਿਜ਼ਲਟ ਗਵਰਨਮੈਂਟ ਦੀ ਇੰਟention ਤਾਂ ਬਹੁਤ ਵਧੀਆ ਆ ਜੀ ਬੇ ਐਂਟੀ ਰੇਸਿਜ਼ਮ ਲਈ ਮੇਰੇ ਖਿਆਲ ਉਹਨਾਂ ਨੇ 200 ਜਾਂ <laughs> 300 ਮਿਲੀਅਨ ਅਲਾਟ ਕੀਤਾ ਹੋਇਆ ਕੈਨੇਡਾ ਵਿਦਨ ਕੈਨੇਡਾ ਫੈਡਰਲ ਗਵਰਨਮੈਂਟ ਨੇ ਹਾਂਜੀ ਪਰ ਹੁਣ ਉਹਨੂੰ ਕਿੱਦਾਂ ਇੰਪਲੀਮੈਂਟ ਹੁੰਦਾ ਉਹਨੂੰ ਓਵਰਸੀ ਨਹੀਂ ਕਰਦਾ ਇਹਦੇ ਬਾਰੇ ਕੁਝ ਮੈਨੂੰ ਜਾਂ ਸਾਨੂੰ ਕਲੈਰਿਟੀ ਹੈ ਨਹੀਂ ਜਾਂ ਆਮ ਜਿਹੜੇ ਲਿਸਨਰ ਹੈ ਸ਼ਾਇਦ ਉਹਨਾਂ ਨੂੰ ਨਾ ਪਤਾ ਹੋਵੇ ਕੱਲਾ ਐਂਟੀ ਰੈਸਿਜ਼ਮ ਲਿਖ ਕੇ ਜੇ ਤੁਸੀਂ ਸਿੱਖਾਂ ਨੂੰ ਪੰਜਾਬੀਆਂ ਨੂੰ ਜੱਟਾਂ ਨੂੰ ਭੰਡਣਾ ਚਾਹੁੰਦੇ ਹੋ ਉਹ ਕੈਨੇਡਾ ਲਈ ਕੋਈ ਬੜੀ ਹੈਲਦੀ ਗੱਲ ਨਹੀਂ ਹੈਗੀ ਜੀ ਇਸ ਡੈਮੋਕ੍ਰੇਸੀ ਲਈ ਸੋ ਔਰ ਉਹਦੇ ਵਿੱਚ ਇੱਕ ਇਹ ਜਾਂ ਉਹਨੂੰ ਤੋਂ ਗਲਤੀ ਹੋਈ ਹੈ ਜਾਂ ਅਗੇਨ ਸ਼ੈਤਾਨੀ ਹੋਈ ਹੋਈ ਹੈ ਦੇ ਜਿਹੜੇ ਚਮਕੀਲੇ ਹੋਣਾਂ ਦੀ ਵਾਈਫ ਸੀਗੀ ਅਮਰਜੋਤ ਹੂੰ ਉਹਨੂੰ ਇੱਕ ਐਸੇ ਜੱਟਾਂ ਦੀ ਧੀ ਦਿਖਾਇਆ ਹੋਇਆ ਹੂੰ ਹੂੰ ਔਰ ਜੱਟਾਂ ਨੇ ਉਹਨੂੰ ਤਾਂ ਮਾਰ ਦਿੱਤਾ ਕਿਉਂਕਿ ਉਹ ਦਨਿਤਨਾ ਵਿਆਹੀ ਹੋਈ ਸੀਗੀ ਵੀ ਅੱਛਾ ਉਹ ਜਾਤ ਵੀ ਅੱਛਾ ਵੀ ਇਸ ਰੀਜ਼ਨ ਹੈ ਇਸ ਰੀਜ਼ਨ ਹੈ ਸੀਗਾ ਪਰ ਹੁਣ ਜਦੋਂ ਜਦੋਂ ਤੁਸੀਂ ਐਲੀਮੈਂਟਰੀ ਰਿਸਰਚ ਕਰਨੀ ਆ ਫਿਰ ਤਾਂ ਉੱਥੇ ਇਹੀ ਆਉਂਦਾ ਵੀ ਕਿਸੇ ਬਲੌਗ ਤੇ ਚਲ ਜਾਓ ਉਹ ਕਹਿੰਦੇ ਜੀ ਅਮਰਜੋਤ ਜੱਟਾਂ ਦੀ ਧੀ ਸੀਗੀ ਪਰ ਜਦੋਂ ਤੁਸੀਂ ਸੋਰਸ ਤੇ ਜਾਓ ਹੂੰ ਫਿਰ ਉੱਥੇ ਪਤਾ ਲੱਗਦਾ ਵੀ ਉਹ ਜੱਟਾਂ ਦੀ ਧੀ ਨਹੀਂ ਸੀ ਕਿਉਂਕਿ ਮੈਂ ਜਾਤ ਪਾਤ 'ਚ ਯਕੀਨੀ ਨਹੀਂ ਰਖਦਾ ਇਸ ਮੈਂ ਇਦਾਂ ਨਹੀਂ ਕਹਾਂਗਾ ਕਿ ਕਿਹਨਾਂ ਦੀ ਧੀ ਸੀ ਤੁਸੀਂ ਆਪ ਜਾ ਕੇ ਦੇਖ ਸਕਦੇ ਹੋ ਜੀ 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 ਪਰ ਜਦੋਂ ਰਿਸਰਚ ਤੇ ਅਕਾਡਮੀਆ ਇਨਵੋਲਵ ਹੋਇਆ ਔਰ ਇਹ ਜਦੋਂ ਛਿਚੋਰੀ ਜੀ ਗੱਲ ਹੁੰਦੀ ਆ ਉਹ ਵੈਸੇ ਹੀ ਅੱਛੀ ਨਹੀਂ ਲੱਗਦੀ ਪੜਨ ਨੂੰ ਜੀ 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 ਔਰ ਇਹਦੇ ਨਾਲ ਆਪਾਂ ਕੈਨੇਡਾ ਨੂੰ ਵੱਖਰੀਆਂ ਕਮਿਊਨਿਟੀਜ਼ ਨੂੰ ਨੇੜੇ ਲਿਆ ਰਹੇ ਆ ਕਿ ਦੂਰ ਕਰ ਰਹੇ ਆ ਹੁਣ ਜਿੱਦਾਂ ਸਾਨੂੰ ਜਿਹੜਾ ਸਾਰਿਆਂ ਤੋਂ ਵੱਧ ਦੁੱਖ ਇਹ ਹੋਇਆ ਕਿ ਜਿਹੜੇ ਗੁਰਨਾਨਕ ਦੇਵ ਜੀ ਪਾਸ਼ਾ ਨੇ ਉਹਨਾਂ ਦਾ ਜਿਹੜਾ ਕੰਪੈਰੀਸਨ ਆ ਉਹ ਅੰਬੇਦਕਰ ਸਾਹਿਬ ਫੂਲਨ ਦੇਵੀ ਗੁਰਦੇਵ ਸਿੰਘ ਹੋਣੀ ਭਗਤ ਸਿੰਘ ਹੋਣੀ ਇਹਨਾਂ ਨਾਲ ਕੀਤਾ ਹੋਇਆ ਕਿ ਦੇ ਵੇਰ ਰੈਡੀਕਲ ਰੈਵੋਲੂਸ਼ਨਰੀਜ਼ ਹੂੰ ਹੂੰ ਇਹਦੇ ਚ ਤਾਂ ਕੋਈ ਦੋ ਰਾਵਾਂ ਨਹੀਂ ਕਿ ਭਗਤ ਸਿੰਘ ਹੋਣੀ ਰੈਵੋਲੂਸ਼ਨਰੀ ਸੀਗੇ ਜਾਂ ਨਹੀਂ ਸੀਗੇ ਅੰਬੇਦਕਰ ਹੋਣੀ ਸੀਗੇ ਨਹੀਂ ਪਰ ਉਹਦੇ ਵਿੱਚ ਪੈਗੰਬਰ ਨੂੰ ਥੋੜੀ ਤੁਸੀਂ ਲਿਆ ਸਕਦੇ ਹੋ ਜੀ ਸੋ ਇਹ ਤਾਂ ਜਿਹੜੇ ਅਕਾਡਮੀਆ ਉਹਨਾਂ ਨੂੰ ਸਮਝ ਚਾਹੀਦੀ ਆ ਥੋੜੀ ਜੀ ਹਮ ਹੈਨਾ ਇਸੇ ਤਰ੍ਹਾਂ ਉਹਦੇ ਵਿੱਚ ਇੱਕ ਲਿਖਿਆ ਹੋਇਆ ਮਿਥ there is no caste in canada ਇਦਾਂ ਕਰਕੇ ਉੱਪਰ ਲਿਖਿਆ ਹੋਇਆ ਇਹ ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਆ ਜਦੋਂ ਆਪਾਂ ਲਾਸਟ ਨੇਮ ਵਰਤਦੇ ਆ ਇਹਦਾ ਮਤਲਬ ਕਾਸਟ ਪ੍ਰੇਵਲੈਂਟ ਹੈ ਉੱਥੇ ਹੈਨਾ ਪਰ ਇਹ ਕੋਈ ਮਿੱਥ ਥੋੜੀ ਹੈ ਇਹ ਪਰ ਜਿਹੜੇ ਭਾਏ ਇੰਜੀਨੀਅਰ ਉਹ ਲਿਖਿਆ ਹੋਇਆ ਉਹਨਾਂ ਨੇ ਇੱਕ ਥੀਸਿਸ ਦਿੱਤੀ ਹੋਈ ਆ ਅਰਵਨ ਯੂਨੀਵਰਸਿਟੀ 'ਚ ਅਮਰੀਕਾ 'ਚ ਹਾਂਜੀ ਉੱਥੇ ਉਹਨਾਂ ਨੇ ਕਿਹਾ ਹੋਇਆ ਕਿ ਸਿੱਖੀ 'ਚ ਕੋਈ ਕਾਸਟ ਹੈ ਨਹੀਂਗੀ ਸੋ ਉਹੀ ਰਿਸਰਚ ਜਦੋਂ ਕੈਨੇਡਾ ਆਉਂਦੀ ਆ ਉਹ ਸਿੱਖੀ ਕੱਢ ਕੇ ਉਹਦੇ 'ਚ ਕੈਨੇਡਾ ਲਿਖ ਦਿੱਤਾ ਜਾਂਦਾ ਕਿਉਂਕਿ ਜੇ ਸਿੱਧਾ ਲਿਖ ਦੇਣ ਫਿਰ ਤਾਂ ਸਿੱਧਾ ਹੀ ਰੌਲਾ ਪੈ ਜਾਣਾ ਸੋ ਇਸ ਕਰਕੇ ਮੈਂ ਪਹਿਲਾਂ ਇਨੀਸ਼ੀਅਲੀ ਜ਼ਿਕਰ ਕੀਤਾ ਸੀਗਾ ਵੀ ਜਿਹੜੇ ਚਿੰਨ੍ਹ ਨੇ ਤੇ ਪ੍ਰਤੀਕ ਨੇ ਉਹਦੇ ਵਿੱਚ ਸੈਨਤ ਆ ਉਹ ਜਿਹਦਾ ਨਾ ਰਿਹਸ ਨੂੰ ਸਮਝਣ ਦੀ ਲੋੜ ਆ ਜੀ ਸਰਫਸ ਲੈਵਲ ਤੋਂ ਤਾਂ ਬਹੁਤ ਵਧੀਆ ਲੱਗਦਾ ਐਂਟੀ ਰੈਸਿਜ਼ਮ ਓਵਰ ਕਾਸਟ ਜੀ ਪਰ ਜਦੋਂ ਤੁਸੀਂ ਉਹਨੂੰ ਧਿਆਨ ਨਾਲ ਦੇਖਦੇ ਹੋ ਫਿਰ ਤੁਹਾਨੂੰ ਹੁੰਦਾ ਵੀ ਇਹ ਕਮਿਊਨਿਟੀਆਂ ਨੂੰ ਜਿਹੜੀਆਂ ਹੁਣ ਆਪਣੀ ਲੱਸੀ ਜੇ ਚੌਥੀ ਆ ਪੰਜਵੀਂ ਜਨਰੇਸ਼ਨ ਰਹਿ ਰਹੀ ਆ ਉਹਨਾਂ ਵਿੱਚ ਕਾਫੀ ਜਿਹੜੇ ਦਲਿਤ ਨੇ ਜੱਟ ਨੇ ਸੈਣੀਪਰਾ ਨੇ ਕੰਬੋ ਨੇ ਔਰ ਸਾਰਿਆਂ ਦੀ ਰਿਸ਼ਤਦਾਰੀਆਂ ਹੋਈਆਂ ਹੋਣੀਆਂ ਆਪਸ ਵਿੱਚ ਜੀ ਸੋ ਤੁਸੀਂ ਉਹਨਾਂ ਰਿਸ਼ਤੇਦਾਰੀਆਂ ਨੂੰ ਦਰਾਰ ਪਾ ਰਹੇ ਹੋ ਉਹਨਾਂ ਵਿੱਚ ਹੂੰ ਵੈਸੇ ਰੈਸਿਜ਼ਮ ਦੀ ਗੱਲ ਕਰਨੀ ਬਹੁਤ ਵਧੀਆ ਆ ਜੇ ਲੈਸੇ ਦਲਿਤ ਭਾਈਚਾਰੇ ਨਾਲ ਰੈਸਿਜ਼ਮ ਹੋਈ ਆ ਹੋ ਰਹੀ ਆ ਜੀ ਸੋ ਕਹਿਣਾ ਇਹ ਬਣਦਾ ਕਿ ਉਹਨਾਂ ਨਾਲ ਹੋ ਰਹੀ ਆ ਕਿ ਸਾਡੇ ਨਾਲ ਜਾਂ ਉਹਨਾਂ ਦੇ ਨਾਲ ਖੜੋ ਜੀ ਫਿਰ ਆਪਾਂ ਸਾਰੇ ਜਾ ਕੇ ਉਹਨਾਂ ਦੇ ਨਾਲ ਖੜਾਂਗੇ ਹੂੰ ਪਰ ਜੇ ਇੰਟੈਂਸ਼ਨ ਇਹ ਹੈ ਕਿ ਤੁਸੀਂ ਦਲਤਾਂ ਦਾ ਜਿਹੜਾ ਰਿਸਪੈਕਟਡ ਭਾਈਚਾਰਾ ਆ ਉਹਨਾਂ ਦੇ ਮੋਢੇ ਤੇ ਰੱਖ ਕੇ ਚਲਾਉਣੀ ਚਾਹੁੰਦੇ ਹੋ ਹਮਮ ਔਰ ਨਿਸ਼ਾਨਾ ਤੁਹਾਡਾ ਹੈਗਾ ਸਿੱਖ ਐਂਡ ਆਫ ਦਾ ਡੇ ਫਿਰ ਅਗੇਨ ਉਹ ਉਹ ਨਾ ਅੱਛੀ ਗੱਲ ਨਹੀਂ ਹੈਗੀ ਜੀ ਉਹ ਉਹ ਡਿਵੀਜ਼ਨ ਜ਼ਿਆਦਾ ਕਰੀ ਬਿਲਕੁਲ ਬਿਲਕੁਲ ਸੋ ਜਿਹੜੀ ਤੁਸੀਂ ਇਹ ਲੈਟਰ ਲਿਖੀ ਹੈ ਜੀ ਇਹ ਮੇਰੇ ਕੋਲ ਜਿਹੜੀ ਕਾਪੀ ਹੈ ਇਹ ਤੇ ਉਹ ਵਾਲੀ ਹੈ ਜਿਹੜੀ ਕਿ ਅ ਯੂਨੀਵਰਸਿਟੀ ਆਫ ਕੈਲੀਫੋਰਨੀਆ ਡੇਵਿਸ ਦੇ ਡਿਪਾਰਟਮੈਂਟ ਆਫ ਏਸ਼ੀਅਨ ਅਮਰੀਕਨ ਸਟੱਡੀਜ਼ ਨੂੰ ਭੇਜੀ ਗਈ ਆ ਜੀ ਜੀ ਇਸੇ ਤਰ੍ਹਾਂ ਦੀਆਂ ਚਿੱਠੀਆਂ ਹੋਰ ਨਾਲ ਹਾਂ ਜੀ ਅਦਾਰਿਆਂ ਨੂੰ ਭੇਜੀਆਂ ਗਈਆਂ ਬਿਲਕੁਲ ਬਿਲਕੁਲ ਜਿੰਨੇ ਵੀ ਅਦਾਰੇ ਉੱਥੇ ਹੈਗੇ ਨੇ ਜੀ ਉਹਨਾਂ ਸਾਰਿਆਂ ਨੂੰ ਭੇਜੀਆਂ ਗਈਆਂ ਨੇ ਔਰ ਉਹਨਾਂ ਦੀ ਇੱਕ ਪੈਨਲ ਦੇ ਉੱਪਰ ਐਗਜ਼ੀਬਿਸ਼ਨ 'ਚ ਉਹਨਾਂ ਨੇ ਕੁਝ ਆਪਣੇ ਬਿਜ਼ਨੈਸਸ ਨੇ ਕੁਝ ਨਾਨ-ਪ੍ਰੋਫਿਟ ਆਰਗੇਨਾਈਜੇਸ਼ਨ ਨੇ ਜਿਹੜੀਆਂ ਸਿੱਖ ਆਰਗੇਨਾਈਜੇਸ਼ਨ ਨੇ ਉਹਨਾਂ ਦਾ ਥੈਂਕ ਯੂ ਕੀਤਾ ਹੋਇਆ ਅੱਛਾ ਜੀ ਜਦੋਂ ਉਹਨਾਂ ਨਾਲ ਰابطਾ ਕਾਇਮ ਹੋਇਆ ਵੀ ਤੁਸੀਂ ਥੈਂਕ ਯੂ ਕਾਤੇ ਕੀਤਾ ਹਾਂ ਉਹਨਾਂ ਦੇ ਉਹ ਕਾਫੀ ਅਣਪੋਹਲ ਸੀਗੇ ਵੀ ਉੱਥੇ ਕੰਧ ਤੇ ਕੀ ਲਿਖਿਆ ਹੋਇਆ ਉਹ ਕਹਿੰਦੇ ਜੀ 2 ਸਾਲ ਪਹਿਲਾਂ ਸਾਨੂੰ ਕਹਿੰਦੇ ਸੀ ਵੀ ਐਂਟੀ ਰੈਸਿਜ਼ਮ ਤੇ ਗੱਲ ਹੋਣੀ ਆ ਸੋ ਅਸੀਂ ਚਿੱਠੀ ਲਿਖ ਦਿੱਤੀ ਵੀ ਓਕੇ ਪਰ ਜਦੋਂ ਜਾ ਕੇ ਦੇਖਦੇ ਆ ਸੋ ਬੇਸਿਕਲੀ ਮੇਰਾ ਖਿਆਲ ਹੈ ਜੀ ਕਿ ਯੂਨੀਵਰਸਿਟੀਆਂ ਨੂੰ ਵੀ ਸ਼ਾਇਦ ਪਤਾ ਨਹੀਂ ਹੈਗਾ ਕਿ ਉੱਥੇ ਲਿਖਿਆ ਕੀ ਹੋਇਆ ਹੈ ਹੂੰ ਸੋ ਉਹਦੇ ਕਰਕੇ ਇਹ ਚਿੱਠੀ ਲਿਖੀ ਗਈ ਔਰ ਅਸੀਂ ਦੋਸਤਾਂ ਨੇ ਆਪਣੇ ਪੈਸੇ ਇਕੱਠੇ ਕਰਕੇ ਲਾਇਰ ਹਾਇਰ ਕੀਤਾ ਤੇ ਹਾਲੇ ਤਾਂ ਸਿਰਫ ਉਹਦੇ ਵਿੱਚ ਇਹ ਪੁੱਛਿਆ ਗਿਆ ਹੈ ਕਿ ਇਹਦੇ ਵਿੱਚ ਤੁਹਾਡੀ ਹੈਲਪ ਕੀ ਹੈ ਇਸ ਐਗਜ਼ੀਬਿਸ਼ਨ ਚ ਹੂੰ ਔਰ ਜਿਹੜੀ ਯੂਨੀਵਰਸਿਟੀਆਂ ਹੈ ਉਹਨਾਂ ਨੇ ਇਹਨੂੰ ਓਵਰਸੀ ਕਿੱਦਾਂ ਕੀਤਾ ਵੇ ਫਾਈਨਲ ਜਿਹੜੀ ਸੀਗੀ ਕਾਪੀ ਪਹਿਲਾਂ ਤੁਹਾਡੇ ਕੋਲ ਆਈ ਸੀਗੀ ਤੁਸੀਂ ਉਹਨੂੰ ਪ੍ਰੂਫ ਕੀਤਾ ਸੀਗਾ ਕਿ ਕੁਝ ਪ੍ਰੋਫੈਸਰ ਜਿਹੜੇ ਨਾਮ ਉੱਥੇ ਸਾਰੇ ਲਿਖੇ ਹੋਏ ਨੇ ਕਿ ਇਹ ਉਹਨਾਂ ਦੀ ਕਹਾਣੀ ਹੈ ਹੂੰ ਕਿ ਉਹਨਾਂ ਨੇ ਯੂਨੀਵਰਸਿਟੀ ਦੇ ਨਾਮ ਵਰਤ ਲਏ ਨੇ ਹੂੰ ਸੋ ਇਹਦੇ ਚ ਥੋੜੀ ਕਲੈਰਿਟੀ ਚਾਹੀਦੀ ਆ ਪਰ ਜੇ ਯੂਨੀਵਰਸਿਟੀ ਨੇ ਮਿਥਕੇ ਕੀਤਾ ਹੋਇਆ ਜੀ ਫਿਰ ਤਾਂ ਇਹ ਗੱਲ ਹੋਰ ਵੀ ਮਾੜੀ ਹੋਗੀ ਜੀ ਸੋ ਇਹਦੇ ਵਿੱਚ ਤੁਸੀਂ ਇਹ ਵੀ ਜਿਹੜਾ ਸਵਾਲ ਲਿਖ ਤੇ ਪੁੱਛਿਆ ਕਿ ਆਰਗੇਨਾਈਜੇਸ਼ਨ ਇਸ ਐਗਜ਼ਿਬਿਸ਼ਨ ਦਾ ਹਿੱਸਾ ਕਿਵੇਂ ਬਣੀ ਪਾਰਟਨਰਸ਼ਿਪ ਕਿਵੇਂ ਬਣੀ ਜੀ ਜੀ ਦੂਜਾ ਇਹ ਹੈ ਕਿ ਕਿਸ ਤਰ੍ਹਾਂ ਦੀਆਂ ਕੰਟ੍ਰਿਬਿਊਸ਼ਨਸ ਭਾਵੇਂ ਫਾਈਨੈਂਸ਼ੀਅਲ ਜਾਂ ਅਦਰਵਾਈਜ਼ ਇਸ ਅਦਾਰੇ ਵੱਲੋਂ ਇਸ ਐਗਜ਼ਿਬਿਸ਼ਨ ਵਾਸਤੇ ਦਿੱਤੀਆਂ ਗਈਆਂ ਜੀ ਜੀ ਤੇ ਕੀ ਵੈਦਰ ਯੂਰ ਆਰਗੇਨਾਈਜੇਸ਼ਨ ਵਾਸ ਪ੍ਰੋਵਾਈਡਡ ਐਨ ਓਪਰਚ्युनिटी ਟੂ ਸੀ ਦ ਫਾਈਨਲ ਐਗਜ਼ੀਬਿਟ ਜੀ 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 ਕਿ ਕੀ ਤੁਸੀਂ ਦੇਖ ਕੇ ਉਸ ਤੋਂ ਬਾਅਦ ਫਿਰ ਕਿਹਾ ਵੀ ਠੀਕ ਹੈ ਇਹਨੂੰ ਤੁਸੀਂ ਸਾਡਾ ਨਾਮ ਵਰਤ ਕੇ ਟੈਕਨੋਲੋਜੀ ਕਰਕੇ ਇਹਨੂੰ ਤੁਸੀਂ ਡਿਸਪਲੇ ਕਰ ਸਕਦੇ ਬਿਲਕੁਲ ਬਿਲਕੁਲ ਹਾਂ ਅੱਛਾ ਜਿਹੜੀ ਇਹ ਐਗਜ਼ੀਬਿਸ਼ਨ ਹੈ ਜੀ ਇਸ ਵੇਲੇ ਜਿਹੜੀ ਜਿਵੇਂ ਜਿਹੜੀ ਰੀਸੈਂਟਲੀ ਇਹ ਬਰਨਵੀ ਵਿਲੇਜ ਮਿਊਜ਼ੀਅਮ ਦੇ ਵਿੱਚ ਇਹਨੂੰ ਡਿਸਪਲੇ ਕੀਤਾ ਗਿਆ ਸੀ ਫਿਰ ਬਾਅਦ ਚ ਇਹਨਾਂ ਟਰੈਵਲਿੰਗ ਐਗਜ਼ੀਬਿਸ਼ਨ ਬਣ ਜਾਣਾ ਟਰੈਵਲਿੰਗ ਐਗਜ਼ੀਬਿਸ਼ਨ ਪਾਵੇ ਵੱਖ-ਵੱਖਰੇ ਸ਼ਹਿਰਾਂ ਜੀ ਬਿਲਕੁਲ ਬਿਲਕੁਲ ਹਾਲ ਦੀ ਘੜ ਔਰ ਮੈਂ ਇਹ ਸੌਨ ਸਟੇਟਮੈਂਟ ਦੇ ਸਕਦਾ ਜੀ ਇਹਨਾਂ ਦੇ ਵਿੱਚੋਂ ਇੱਕ ਮੈਂ ਉਹਨਾਂ ਦਾ ਨਾਮ ਨਹੀਂ ਲਵਾਵਾਂਗਾ ਵੈਸੇ ਜੀ ਉਹਨਾਂ ਨੇ ਕਿਹਾ ਹੈ ਕਿ ਇਹ ਐਗਜ਼ੀਬਿਸ਼ਨ ਦਾ ਜਿਹੜਾ ਮੰਤਵ ਹੈ ਉਹ ਇਹ ਹੈ ਕਿ ਪਹਿਲੀ ਮਈ ਤੋਂ ਸਾਰਿਆਂ ਤੋਂ ਪਹਿਲਾਂ ਕਿਉਂਕਿ ਇਹ ਟਰੈਵਲਿੰਗ ਐਗਜ਼ੀਬਿਸ਼ਨ ਹੈ ਸਾਰੇ ਕੈਨੇਡਾ 'ਚ ਘੁੰਮਣੀ ਆ ਸਾਰਿਆਂ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਲਿਜਾਈ ਜਾਣੀਆਂ ਵੱਖਰੇ ਵੱਖਰੇ ਤੋ ਜਦੋਂ ਗੁਰਦੁਆਰਾ ਸਾਹਿਬ ਨੇ ਪੜਨੀ ਆ ਹਾਂ ਉਹਨਾਂ ਨੇ ਕਹਿਣਾ ਵੀ ਨਹੀਂ ਤੁਸੀਂ ਸਾਡੇ ਗੁਰੂ ਸਾਹਿਬ ਦਾ ਅਦਬ ਦੀ ਗੱਲ ਨਹੀਂ ਕੀਤੀ ਹੋਈ ਇੱਥੇ ਜਾਂ ਸਿੱਖੀ ਦੇ ਅਦਬ ਦੀ ਜਾਂ ਪੰਜਾਬੀ ਦੇ ਅਦਬ ਦੀ ਨਹੀਂ ਗੱਲ ਇੱਕ ਪਾਸੜ ਨੈਰੇਟਿਵ ਆ ਹਾਂਜੀ ਇੱਕ ਪਾਸੜ ਨੈਟ ਚੈਰੀ ਪਿਕ ਨੈਰੇਟਿਵ ਆ ਹਨਾ ਸੋ ਉਹ ਉਹਦੇ ਤੇ ਉਹਨਾਂ ਨੇ ਕਹਿਣਾ ਨਹੀਂ ਅਸੀਂ ਲੱਗਣ ਨਹੀਂ ਦੇਣੀ ਸੋ ਜਿਹੜਾ ਇਹ ਗਰੁੱਪ ਆ ਇਹਨਾਂ ਨੇ ਦੇਖੋ ਨਾ ਕ੍ਰਾਈ ਡਿਸਕ੍ਰਿਮੀਨੇਸ਼ਨ ਵੀ ਉਹ ਫਲਾਣਾ ਗੁਰਦੁਆਰਾ ਸਾਡੇ ਐਗਜ਼ੀਬਿਸ਼ਨ ਨੇ ਬਿਲਕੁਲ ਬਿਲਕੁਲ ਹਾਂਜੀ ਔਰ ਆਪਾਂ ਨੂੰ ਪਤਾ ਹੈ ਵੀ ਆਪਾਂ ਆਪਾਂ ਨੂੰ ਪਤਾ ਵੀ ਪਹਿਲਾਂ ਕਿਹੜੇ ਕਿਹੜੇ ਗੁਰਦੁਆਰਾ ਸਾਹਿਬ ਜਾਏਗੀ ਉਹ ਆਪਾਂ ਗੈਸ ਕਰ ਸਕਦੇ と。 ਇਹਦਾ ਤੁਸੀਂ ਦੇਖੋ ਵੀ ਇਹ ਮੈਂ ਇਸ ਲਈ ਕਿਹਾ ਔਨ 에ਅਰ ਵੀ ਮੈਂ ਸਵਾਨਸ ਸਟੇਟਮੈਂਟ ਦੇ ਸਕਦਾ ਔਰ ਹਾਲੇ ਹਾਲ ਦੀ ਗੱਡੀ ਸਿਰਫ ਚਿੱਠੀ ਲਿਖੀ ਆ ਜਦੋਂ ਵਾਇਗਰੂ ਨਾ ਕਰੇ ਵੀ ਆਪਾਂ ਨੂੰ ਕੋਰਟ ਚ ਜਾਣਾ ਪਵੇ ਪਰ ਜਦੋਂ ਕੋਰਟ ਚ ਜਾਣਾ ਪੈਂਦਾ ਉਸ ਤੋਂ ਬਾਅਦ ਮੈਂ ਕੋਈ ਕਮੈਂਟ ਅਸੀਂ ਨਹੀਂ ਕਰ ਸਕਾਂਗੇ ਜੀ ਜੀ ਰਾਈਟ ਜਿਹੜੀ ਹੁਣ ਆਪਾਂ ਗੱਲ ਕਰ ਰਹੇ ਨਾ ਚਿੱਠੀ ਬਾਰੇ ਉਹ ਇਸ ਲਈ ਆ ਕਿ ਇਹ ਸਰਸਰੀ ਸਰਸਰੀ ਹੀ ਵੈਸੇ ਸਵਾਲ ਪੁੱਛੇ ਹੋਏ ਨੇ ਜਿਹੜੇ ਬਹੁਤ ਗੰਭੀਰ ਨੇ 4 ਦਿਨ ਪਹਿਲਾਂ ਇਹ ਜਿਹੜੀ ਲੈਟਰ ਹੈ ਤੁਸੀਂ ਲਿਖ ਕੇ ਭੇਜੀ ਆ ਸੋ ਵੱਖੋ ਵੱਖਰੇ ਜਿਹੜੇ ادارے ਨੇ education institutions ਨੇ ਜਿਹੜੀਆਂ ਕੁਝ ਕੋਈ ਕੋਈ ਸਰਕਾਰੀ ادارے ਨੂੰ ਵੀ ਭੇਜੀ ਗਈ ਚਿੱਠੀ ਜੀ ਇਹ ਆ ਆਪਣੇ ਜਗਮੀ ਸਿੰਘ ਉਹਨਾਂ ਨੂੰ ਭੇਜੀ ਹੈ ਜੀ ਅਜਾ ਉਹਨਾਂ ਨੂੰ ਵੀ ਭੇਜੀ ਹੈ ਹਾਂ ਜੀ ਬਰਨਵੀ ਮਿਊਜ਼ੀਅਮ ਨੇ ਵੀ ਭੇਜੀ ਹੋਈ ਆ ਪਰ ਜਿਹੜੇ ਕੁਝ ਬਿਜ਼ਨਸ ਨੇ ਉਹਨਾਂ ਨੇ ਥੈਂਕ ਯੂ ਕੀਤਾ ਹੋਇਆ ਜੇ ਉਹ ਸੁਣ ਰਹੇ ਨੇ ਪਲੀਜ਼ ਆ ਕੇ ਜਾਂ ਤੁਹਾਨੂੰ ਦੱਸਣ ਜਾਂ ਬਰਨਵੀ ਮਿਊਜ਼ੀਅਮ ਨੂੰ ਉਹਨਾ ਦੀ ਇਹਦੇ ਵਿੱਚ ਕੀ ਸ਼ਮੂਲੀਅਤ ਆ ਵੀ ਉਹਨਾਂ ਨੇ ਕੋਈ ਫਾਈਨੈਂਸ਼ੀਅਲੀ ਹੈਲਪ ਜੇ ਫੈਡਰਲੀ ਫੰਡਡ ਆ ਜੀ ਹੋਰ ਪੈਸੇ ਦੀ ਤਾਂ ਫਿਰ ਮੇਰੇ ਖਾਤੇ ਲੋਡ ਨਹੀਂ ਹੋਏਗੀ ਉਹਨਾਂ ਨੇ ਕੁਝ ਹੋਰ ਹੈਲਪ ਕੀਤੀ ਹੋਏਗੀ ਕਿ ਜਿਹੜੇ ਅਧਾਰੇ ਨੇ ਜੀ ਮੈਨੂੰ 100% ਤਾਂ ਮੈਨੂੰ ਨਹੀਂ ਯਕੀਨ ਪਰ 99% ਹੈਗਾ ਕਿ ਉਹਨਾਂ ਨੂੰ ਪਤਾ ਨਹੀਂ ਹੈਗਾ ਕਿ ਉਹਨਾਂ ਦੀ ਜਿਹੜੀ ਇਹ ਹੈਲਪ ਸੀ ਜਾਂ ਕੰਟਰੀਬਿਊਸ਼ਨ ਸੀਗੀ ਉਹ ਉੱਥੇ ਲਿਖਿਆ ਕੀ ਜਾਣਾ ਫਾਈਨਲੀ ਜੀ ਜੀ ਜਿੱਦਾਂ ਤੁਸੀਂ ਜ਼ਿਕਰ ਕੀਤਾ ਨਾ ਵੀ ਐਂਟੀ ਰੇਸ ਹੁਣ ਆਪਣੇ ਦੋਨਾਂ ਕੋਲ ਕੋਈ ਆਵੇ ਡੂ ਯੂ ਸਟੈਂਡ ਫਾਰ ਇਟ ਆਪਾਂ ਕਹਣਾ ਹਾਂਜੀ ਜ਼ਰੂਰ ਪਰ ਉਹ ਅੱਗੇ ਜਾ ਕੇ ਕੀ ਲਿਖਦੇ ਆ ਉਹ ਹੁਣ ਆਪਾਂ ਜਿੱਦਾਂ ਤੁਸੀਂ ਕਿਹਾ ਹੁਣ ਬਿਜ਼ੀ ਆ ਕਮਾਂਗਾਰਾਂ ਚ ਉਹਦੀ ਡੀਟੇਲ ਥੋੜੀ ਪੜ੍ਹਨੀ ਆ ਜੀ ਔਰ ਜਿਹੜਾ ਅਕੈਡਮੀਆ ਆ ਸਾਰਿਆਂ ਤੋਂ ਜ਼ਿਆਦਾ ਜਿਹੜਾ ਰੋਲ ਆ ਜਾਂ ਉਹਨਾਂ ਸੋਨਾਂ ਤੇ ਆ ਜੀ ਵੀ ਤੁਸੀਂ ਜਦੋਂ ਯੂਨੀਵਰਸਿਟੀ ਦੇ ਨਾਮ ਵਰਤਦੇ ਹੋ ਕੀ ਤੁਸੀਂ ਯੂਨੀਵਰਸਿਟੀ ਨੂੰ ਦੱਸਿਆ ਹੋਇਆ ਅੱਛਾ ਵੈਸੇ ਹੀ ਗੱਲ ਚਲੋ ਇਹ ਤਾਂ ਇਸ ਪ੍ਰਦਰਸ਼ਨੀ ਤੋਂ ਜੇ ਪਾਸੇ ਰੱਖ ਕੇ ਗੱਲ ਕਰੀ ਜਾਵੇ ਜੀ ਹੁਣ ਹੰਡਰਡਸ ਆਫ ਮਿਲੀਅਨਸ ਆਫ ਡਾਲਰਸ ਕਈ ਇਸ ਤਰ੍ਹਾਂ ਦੇ ਇਨੀਸ਼ੀਏਟਿਵਸ ਦੇ ਉੱਪਰ ਸਰਕਾਰਾਂ ਵੱਲੋਂ ਖਰਚ ਕੀਤੇ ਜਾਂਦੇ ਨੇ ਤੁਹਾਨੂੰ ਲੱਗਦਾ ਫਾਇਦਾ ਹੁੰਦਾ ਇਹਦਾ ਕਿੰਨੇ ਲੋਕ ਜਹੇ ਨੇ ਜਿਨ੍ਹਾਂ ਨੇ ਇਸ ਤਰ੍ਹਾਂ ਦੀ ਐਗਜ਼ਿਬਿਸ਼ਨ ਦੇ ਵਿੱਚ ਚਲੇ ਜਾਣਾ ਕਿਉਂਕਿ ਮੈਨੂੰ ਕੋਈ ਵਾਰਿੰਜ ਮਹਿਸੂਸ ਹੁੰਦਾ ਐਂਡ ਥਿਸ ਇਜ਼ ਨਾਟ ਅਬਾਊਟ ਟਾਰਗੇਟਿੰਗ ਐਨੀ ਵਨ ਪਰਟੀਕੂਲਰ ਆਰਗੇਨਾਈਜੇਸ਼ਨ ਕਿ ਕੁਝ ਇਸ ਤਰ੍ਹਾਂ ਦੇ ਪ੍ਰੋਗਰਾਮਸ ਬਣ ਗਏ ਕੁਝ ਇਸ ਤਰ੍ਹਾਂ ਦਾ ਇੱਕ ਤੰਤਰ ਬਣ ਗਿਆ ਜਿੱਦੇ ਵਿੱਚ ਕੁਝ ਲੋਕਾਂ ਨੂੰ ਪਤਾ ਵੀ ਇਸ ਤਰ੍ਹਾਂ ਦੀ ਅਰਜ਼ੀ ਲਿਖ ਕੇ ਐਦਾਂ ਦੇ ਤੁਸੀਂ ਚਾਰਕ ਬੈਨਰ ਜੇ ਪ੍ਰਿੰਟ ਕਰਕੇ ਸੋ ਕਾਲ ਪ੍ਰਦਰਸ਼ਨੀ ਲਾ ਦਿਓ ਉਹਦੇ ਵਾਸਤੇ ਬਹੁਤ ਮੋਟੀ ਵੱਡੀ ਫੰਡਿੰਗ ਮਿਲ ਜਾਂਦੀ ਆ ਤੇ ਇਹ ਇੱਕ ਤਰ੍ਹਾਂ ਦਾ ਇੱਕ ਸਿਸਟਮ ਜਿਹਾ ਬਣ ਗਿਆ ਕਿ ਸਾਨੂੰ ਹੋਰ ਨਾਲ ਪਾਸਿਆਂ ਤੋਂ ਅ ਇਸ ਵੇਲੇ ਦੇਖੋ ਫਾਈਨੈਂਸ਼ੀਅਲ ਡਿਫਿਕਲਟੀਜ਼ ਬਹੁਤ ਨਹੀਂ ਪਰ ਦੂਜੇ ਪਾਸੇ ਇੰਨੀ ਮੋਟੀ ਫੰਡਿੰਗ ਇਹਨਾਂ ਚੀਜ਼ਾਂ ਵਾਸਤੇ ਕ ਕੁਝ ਲੋਕ ਸ਼ਾਇਦ ਇਹ ਵੀ ਕਹਿਣਗੇ ਫੀਲ ਗੁੱਡ ਫੈਕਟਰਸ ਨੇ ਇਹ ਵੀ ਸਿਰਫ ਫੀਲ ਗੁੱਡ ਚੀਜ਼ਾਂ ਵਾਸਤੇ ਪੈਸੇ ਸਰਕਾਰ ਵੱਲੋਂ ਦੇ ਦਿੱਤੇ ਜਾਂਦੇ ਨੇ ਲਾਈਕ ਯੂ ਮੈਂਸ਼ਨਡ ਸਰਕਾਰ ਦੀ ਇੰਟੈਂਸ਼ਨ ਠੀਕ ਹੋ ਸਕਦੀ ਹੈ ਵਧੀਆ ਹੋ ਸਕਦੀ ਹੈ ਪਰ ਕੀ ਇਹਦਾ ਇੰਟੈਂਡਡ ਪੋਜ਼ਿਟਿਵ ਇਮਪੈਕਟ ਵੀ ਹੋ ਰਿਹਾ ਤੁਸੀਂ ਦੇਖੋ ਜੀ ਇਹਦਾ ਇਮਪੈਕਟ ਇਹ ਹੋ ਰਿਹਾ ਕਿ ਅੱਜ ਆਪਾਂ ਦੋਨੋਂ ਬਹਿ ਕੇ ਉਹਦੇ ਤੇ ਗੱਲ ਕਰ ਰਹੇ ਆਂ ਕਿ ਪੈਸੇ ਕਿੱਦਾਂ ਵੇਸਟ ਹੋ ਰਹੇ ਨੇ ਹੈਨਾ ਸੋ ਅਗੇਨ ਗਵਰਨਮੈਂਟ ਦੀ ਇੰਟੈਂਸ਼ਨ ਬਹੁਤ ਵਧੀਆ ਪਰ ਜਿਹੜੇ ਵਿੱਚ ਪਲੇਅਰ ਆ ਗਏ ਨੇ ਜਿੱਦਾਂ ਆਪਣੇ ਸਰਕਸ ਹੁੰਦੀ ਆ ਸਰਕਸ ਇਥੋਂ ਉੱਠੀ ਉੱਥੇ ਚੱਲ ਗਈ ਫਲੇਵਰ ਆਫ ਦਾ ਮੰਥ ਵਾਲੀ ਗੱਲ ਹੂੰ ਉਹ ਜਦੋਂ ਤੁਹਾਨੂੰ ਹੁਣ ਜਦੋਂ ਗ੍ਰਾਂਟ ਲਿਖਣ ਦਾ ਇਲਮ ਹੋ ਜਾਂਦਾ ਫਿਰ ਤੁਹਾਡਾ ਸਾਰਾ ਫੋਕਸ ਇਹੀ ਰਹਿੰਦਾ ਵੀ ਗ੍ਰਾਂਟ ਕਿਹੜੀ ਅਵੇਲੇਬਲ ਆ ਤੇ ਤੁਸੀਂ ਔਰ ਕੁਦਰਤੀ ਹੁੰਦਾ ਫਿਰ ਤੁਹਾਡਾ ਫੋਕਸ ਗ੍ਰਾਂਟ ਵੱਲ ਹੁੰਦਾ ਰੈਦਰ ਦੈਨ ਕੈਨੇਡਾ ਨੂੰ ਸਟਰੋਂਗ ਕਰਨ ਵੇਲੇ ਹੂੰ ਔਰ ਜਿਹੜੀ ਇਹ ਆਪਾਂ ਗ੍ਰਾਂਟਸ ਆ ਰਹੀਆਂ ਨੇ ਇਹ ਕਲੀ ਹਿੰਦੂ ਵੀਰਾਂ ਦੀ ਸਿੱਖਾਂ ਦੀ ਮੁਸਲਮਾਨ 크ਰਿਸਚੀਅਨ ਐਦਾਂ ਨਹੀਂ ਹੈਗੀ ਇਹ ਕੈਨੇਡਾ ਚ ਜਿਹੜਾ ਬੰਦਾ ਜਿਹੜਾ ਵਿਚਾਰਾ ਕੋਈ ਮਿਨਿਮਮ ਨਾਟ ਵਿਚਾਰਾ ਮੈਂ ਐਸੇ ਵੈਸੇ ਗੱਲ ਕਰ ਰਿਹਾ ਜਿਹੜਾ ਸਟਰਗਲ ਕਰ ਰਿਹਾ ਜਿਹੜਾ ਸਟਰਗਲ ਕਰ ਰਿਹਾ ਇਹ ਉਹਦੀ ਵੀ ਟੈਕਸ ਫੇਅਰ ਨਹੀਂ ਆ ਜੀ ਔਰ ਤੁਸੀਂ ਇਹਨੂੰ ਪੈਨਲਾਂ ਚ ਉਡਾਉਣ ਦੇ ਹੋ ਔਰ ਉੜਾ ਕੇ ਜਿੱਥੇ ਕੰਪਲਿਕੀਸ਼ਨਸ ਹੋ ਰਹੀਆਂ ਨੇ ਹਮਮ ਔਰ ਜਦੋਂ ਮੈਂ ਪਹਿਲਾਂ ਜ਼ਿਕਰ ਕੀਤਾ ਵੀ ਪਿਛਲੀ 4-5 ਜਨਰੇਸ਼ਨ ਤੋਂ ਵੱਖਰੇ-ਵੱਖਰੀਆਂ ਜਾਤਾਂ ਇੱਕ ਦੂਜੇ ਨਾਲ ਬੱਚਿਆਂ ਦੇ ਵਿਆਹ ਹੋਏ ਹੋਏ ਨੇ ਰਹਿ ਰਹੀਆਂ ਨੇ ਤੁਸੀਂ ਉਹਨਾਂ 'ਚ ਪਾੜਾ ਕਿਉਂ ਪਾ ਰਹੇ ਹੋ ਔਰ ਇੱਕ ਮੈਨੂੰ ਸਾਲ ਨਹੀਂ ਮੈਨੂੰ ਯਾਦ ਹੈਗਾ ਏਸੀ ਗਰੁੱਪ ਨੇ ਜਿਹੜੇ ਇਹਨਾਂ ਨੇ ਐਗਜ਼ਿਬਿਸ਼ਨ ਲਾਈ ਹੋਈ ਆ ਮੇਰੇ ਖਿਆਲ 2015 ਸੀ ਸ਼ਾਇਦ ਹਮ ਉਹਨਾਂ ਨੇ ਜਿਹੜੀ ਆਪਾਂ ਕੱਲੂਕਾਰਾ ਦਿਵਸ ਇੱਥੇ ਵਿਜਲ ਮਨਾਉਨੇ ਆ ਜੂਨ ਦੇ ਵਿੱਚ ਜੀ ਜੀ ਉਥੇ ਉਸ ਦਿਨ ਉਹਨਾਂ ਨੇ ਭੰਗੜਾ ਕਰਾਉਣ ਦੀ ਕੋਸ਼ਿਸ਼ ਕੀਤੀ ਸੀਗੀ 2015 ਚ ਹਮਮ ਔਰ ਉਹ ਫਿਰ ਉਹਨਾਂ ਨੇ ਆਪ ਹੀ ਜਦੋਂ ਮੁਖਾਲਫਤ ਹੋਈ ਉਹਨਾਂ ਨੇ ਸਮਝ ਉਹਨਾਂ ਨੇ ਚੰਗੀ ਗੱਲ ਕੀਤੀ ਉਹਨਾਂ ਨੇ ਕੈਨਸਲ ਕਰ ਦਿੱਤਾ ਜੀ ਸੋ ਅ ਇਦਾਂ ਖਿਆਲ ਰੱਖਿਆ ਜਾਵੇ ਕਿ ਕਿਸੇ ਦਾ ਹਿਰਦਾ ਨਾ ਵਲੁੰਦ ਰਿਹਾ ਜਾਵੇ ਅ ਤੁਸੀਂ ਜਦੋਂ ਆਪਾਂ ਸਿੱਖ ਪੰਜਾਬੀ ਤੇ ਜੱਟ ਦੇ ਬਾਰੇ ਗੱਲ ਕਰਦੇ ਆਂ ਹੁਣ ਜਿਹੜੀ ਇਹ ਇਹ ਤਿੰਨੇ ਕਾਮਾ ਨੇ ਟ్రਾਈਬ ਨੇ ਨੇਸ਼ਨਸ ਨੇ ਇਹਨਾਂ ਦੀ ਜਿਹੜੀ ਰਿਸ਼ਤਦਾਰੀਆਂ ਨੇ ਉਹ ਹਿੰਦੂਆਂ ਨਾਲ ਵੀ ਨੇ ਮੁਸਲਮਾਨਾਂ ਨਾਲ 크੍ਰਿਸਚੀਅਨਾਂ ਨਾਲ ਨੇ ਤੁਸੀਂ ਦੇਖੋ ਇਹਨੂੰ ਕਿੱਦਾਂ ਉਧੇੜ ਰਹੇ ਹੋ ਜਿਹੜੀ ਹੈ ਨਾ ਬਹੁਤ ਖੂਬਸੂਰਤ ਮਲਚਕੀ ਅਸੀਂ ਰਹਿ ਰਹੇ ਆਂ ਜੀ ਇਹਦੀਆਂ ਇੰਪਲੀਕੇਸ਼ਨਸ ਦੇਖੋ ਕਿੱਥੇ ਤੱਕ ਜਾਣੀਆਂ ਨੇ ਦੇਖੋ ਕਈ ਵਾਰੀ ਨਾ ਅਗੇਨ ਅਨਪੋਪੂਲਰ ਥਿੰਗ ਟੂ ਸੇ ਪਰ ਜਿਹੜੇ ਜਿਹੜੇ ਕਿਸੇ ਪ੍ਰੋਬਲਮ ਨੂੰ ਨਜਿੱਠਣ ਦੇ ਵਾਸਤੇ ਕੋਈ ਵੀ ਫੰਡਿੰਗ ਜਾਂ ਕੋਈ ਇਸ ਤਰ੍ਹਾਂ ਦਾ ਮੈਕੈਨਿਜ਼ਮ ਸਥਾਪਿਤ ਕਰ ਦਿੱਤਾ ਜਾਂਦਾ ਜਿਹੜੇ ادارے ਉਸ ਸਮੱਸਿਆ ਨਾਲ ਨਜਿੱਠਣ ਵਾਸਤੇ ਫੰਡਿੰਗ ਲੈਂਦੇ ਨੇ ਉਹਨਾਂ ਦਾ ਮਕਸਦ ਫਿਰ ਕਈ ਵਾਰੀ ਇੰਜ ਬਣ ਜਾਂਦਾ ਹੁੰਦਾ ਵੀ ਉਹ ਸਮੱਸਿਆ ਜੇ ਸੋਲਵ ਹੋ ਗਈ ਫਿਰ ਤਾਂ ਫੰਡਿੰਗ ਵਾਲਾ ਕੰਮ ਹੀ ਖਤਮ ਹੋ ਗਿਆ ਹੈ ਨਾ ਹੁਣ ਕਈ ਇਸ ਤਰ੍ਹਾਂ ਦੇ ਮਦਦ ਮੁਹੱਈਆ ਕਰਵਾਉਣ ਵਾਲੀਆਂ ਸੰਸਥਾਵਾਂ ਨੇ ਮੈਂ ਨਾਂ ਨਹੀਂ ਲੈਣਾ ਕਿਸੇ ਦਾ ਕਿ ਉਹ ਕਿਹੜੀ ਫੀਲਡ ਦੇ ਵਿੱਚ ਮਦਦ ਮੁਹੱਈਆ ਕਰਵਾਉਂਦੀਆਂ ਨੇ ਪਰ ਉਹਨਾਂ ਵੱਲੋਂ ਕੀ ਕਰਵਾਈ ਮਦਦ ਮੁਹੱਈਆ ਕਰਵਾਈ ਗਈ ਮਦਦ ਤੇ ਸਦਕਾ ਮੈਨੂੰ ਨਹੀਂ ਲੱਗਦਾ ਵੀ ਅਜ ਤੱਕ ਇੱਕ ਵੀ ਕੋਈ ਪਰਿਵਾਰ ਜੁੜ ਗਿਆ ਹੋਵੇ ਜਾਂ ਚਲੋ ਇਸ ਤਰ੍ਹਾਂ ਦੀ ਕੁਝ ਐਗਜ਼ਾਮਪਲਸ ਹੋਣਗੀਆਂ ਬਹੁਤ ਘੱਟ ਪਰ ਉਹਨਾਂ ਸੰਸਥਾਵਾਂ ਵੱਲੋਂ ਸੋ ਕਾਲਡ ਮਦਦ ਦੇ ਆਧਾਰ ਤੇ ਹਰ ਸਾਲ ਫੰਡਿੰਗ ਹੋਰ ਜ਼ਿਆਦਾ ਹਾਸਲ ਕੀਤੀ ਜਾਂਦੀ ਆ ਹੁਣ ਜੇ ਨੰਬਰਸ ਘਟਨੇ ਸ਼ੁਰੂ ਹੋ ਗਏ ਤਾਂ ਫਿਰ ਤਾਂ ਫੰਡਿੰਗ ਵੀ ਉਸੇ ਅਨੁਪਾਤ ਦੇ ਵਿੱਚ ਘਟੂਗੀ ਸੋ ਜਿਹੜਾ ਇਹ ਇੱਕ ਇੱਕ ਅਨਫੋਰਚੂਨੇਟ ਗੱਲ ਆ ਇਹ ਕਿ ਇਦਾਂ ਨਹੀਂ ਆ ਵੀ ਇਹਨਾਂ ਸੇਵਾਵਾਂ ਦੀ ਸਮਾਜ ਦੇ ਵਿੱਚ ਲੋੜ ਨਹੀਂ ਹੈ ਲੋੜ ਹੈ ਕਨਵਰਸੇਸ਼ਨਜ਼ ਦੀ ਜ਼ਰੂਰਤ ਹੈ ਇਹਨਾਂ ਸਰਵਿਸਿਜ਼ ਦੀ ਜ਼ਰੂਰਤ ਹੈ ਲੋਕ ਸੱਚਮੁੱਚ ਰਹੇ ਨੇ ਜਿਹੜੇ ਸਫਰ ਕਰ ਰਹੇ ਨੇ ਜਿਨ੍ਹਾਂ ਨੂੰ ਇਹਨਾਂ ਸੰਸਥਾਵਾਂ ਵੱਲੋਂ ਮੁਹੱਈਆ ਕੀਤੇ ਜਾਣ ਵਾਲੀਆਂ ਸੇਵਾਵਾਂ ਹੋਣ ਇਹਨਾਂ ਵੱਲੋਂ ਕੀਤੀਆਂ ਜਾਣਵੜੀਆਂ ਡਿਸਕਸ਼ਨਸ ਹੋਣ ਉਹਨਾਂ ਵਾਸਤੇ ਲਾਹੇਵੰਦ ਹੁੰਦੀਆਂ ਨੇ ਪਰ ਅਲਟੀਮੇਟਲੀ ਜੇ ਇਹਨੂੰ ਲਾਰਜਰ ਸਕੀਮ ਆਫ ਥਿੰਗਸ ਦੇ ਵਿੱਚ ਵੇਖਿਆ ਜਾਵੇ ਤਾਂ ਉਹ ਸਿਰਫ ਤੇ ਸਿਰਫ ਉਹਨਾਂ ਸੰਸਥਾਵਾਂ ਵਾਸਤੇ ਇੱਕ ਆਪਣੀ ਇਹ ਕਹੋ ਹੋੰਦ ਨੂੰ ਬਰਕਰਾਰ ਰੱਖਣ ਦਾ ਇੱਕ ਸਿਸਟਮ ਬਣ ਚੁੱਕਾ ਹੋਇਆ ਜੀ 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 ਇਹਨੂੰ ਮੈਂ ਇਸ ਤਰ੍ਹਾਂ ਵੀ ਕਈ ਦਫਾ ਟਰਮ ਦੇ ਦਿੰਨਾ ਵੀ ਕੰਪੈਸ਼ਨੇਟ ਨਾਰਸਿਸਿਜ਼ਮ ਸੋ ਤੁਹਾਨੂੰ ਲੱਗ ਰਿਹਾ ਤੁਸੀਂ ਬਹੁਤ ਵਧੀਆ ਗੱਲ ਕਰ ਰਹੇ ਹੋ ਪਰ ਤੁਸੀਂ ਧਿਆਨ ਆਪਣੇ ਵੱਲ ਖਿੱਚਣਾ ਚਾਹੁੰਦੇ ਹੋ ਸੋ ਜਿਹੜੀ ਸਾਨੂੰ ਇੱਕ ਚੀਜ਼ ਦੀ ਕਲੈਰਿਟੀ ਹੈ ਫਰਮ ਵੰਜਾਰਾ ਨੋਮੈਡ ਅ ਅਸੀਂ ਕੋਈ ਗ੍ਰਾਂਟ ਨਹੀਂ ਲੈਂਦੇ ਨਾ ਹੀ ਅਸੀਂ ਕਿਸੇ ਤੋਂ ਡੋਨੇਸ਼ਨ ਲੈਣੇ ਆ ਜੀ ਇਸ ਕਰਕੇ ਐਜ਼ ਅ ਟੈਕਸਪੇਅਰ ਜਿਹੜੇ ਸੀ ਸਵਾਲ ਪੁੱਛ ਰਹੇ ਆ ਨਾ ਉਹ ਐਜ਼ ਅ ਟੈਕਸਪੇਅਰ ਪੁੱਛ ਰਹੇ ਆ ਨਾ ਕਿ ਕੋਈ ਇਦਾਂ ਹੈਗਾ ਵੀ ਅਸੀਂ ਕਿਸੇ ਨੂੰ ਕਾਲ ਆਊਟ ਕਰ ਰਹੇ ਆ ਤੇ ਉਹਦੇ ਤੋਂ ਬਾਅਦ ਚ ਉਹਦੀ ਥਾਂ ਅਸੀਂ ਲੈਣੀ ਆ ਜਾ ਕੇ ਇਦਾਂ ਦਾ ਕੋਈ ਰੀਜ਼ਨ ਹੈ ਨਹੀਂਗਾ ਅਸੀਂ ਕਹਿੰਦੇ ਜਦੋਂ ਨਾ ਕੋਈ ਜਦੋਂ ਖਾਸ ਕਰ ਰਿਲੀਜੀਅਨ ਤੇ ਗੱਲ ਆਉਂਦੀ ਹੈ ਜਾਤ ਤੇ ਆਉਂਦੀ ਵੀ ਬਈ ਵਾਰੀ ਸੈਂਸਿਟਿਵ ਜੀ 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 ਹਨਾ ਉੱਥੇ ਤੁਸੀਂ ਦੇਖੋ ਵੀ ਜੋ ਤੁਸੀਂ ਕਹਿ ਰਹੇ ਆ ਹੋ ਸਕਦਾ ਤੁਹਾਨੂੰ ਠੀਕ ਲੱਗਦਾ ਹੋਵੇ ਹੂੰ ਪਰ ਵੈਰੀਫਾਈ ਜ਼ਰੂਰ ਕਰਾ ਲੋ ਕਿਸੇ ਤੋਂ ਆਪਣੇ ਇੱਥੇ ਮੁਰਗ ਚ ਬੜੇ ਬੜੇ ਲਿਖੇ ਲੋਕ ਨੇ ਹੁਣ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਦਾ ਜੀ ਕਿ ਜਿਹੜੇ ਪੈਨਲ ਨੇ ਮੈਂ ਵਰਡ ਯੂਜ਼ ਕਰਾਂਗਾ ਚੋਰੀ ਛੁਪੇ ਇਹ ਚੋਰੀ ਛੁਪੇ ਸ਼ਾਇਦ ਇਹਨਾਂ ਦੀ ਜੋ ਲਿਖਿਆ ਹੋਇਆ ਉਹ ਚੇਂਜ ਹੋ ਰਿਹਾ ਅੱਛਾ ਜੀ ਪਰ ਮੈਨੂੰ ਇਹ ਵੀ ਕਲੈਰਿਟੀ ਸਾਨੂੰ ਚਾਹੀਦੀ ਹੈ ਕਿ ਜੋ ਤੁਸੀਂ ਚੇਂਜ ਜੋ ਵੀ ਕਰਵਾ ਰਹੇ ਹੋ ਮੈਨੂੰ ਪਤਾ ਨਹੀਂ ਵੈਸੇ ਕੀ ਹੋ ਰਿਹਾ ਕਿ ਤੁਸੀਂ ਯੂਨੀਵਰਸਿਟੀਆਂ ਤੇ ਜਿਹੜੇ ਅਕਾਡਮੀਆ ਇਨਵੋਲਵ ਹੈ ਤੁਸੀਂ ਉਹਨਾਂ ਨੂੰ ਦੱਸ ਰਹੇ ਹੋ ਕਿਉਂਕਿ ਜੇ ਤੁਸੀਂ ਇਹ ਮੰਨਦੇ ਹੋ ਕਿ ਅਸੀਂ ਪੂਰ ਐਕਾਡੈਮਿਕਸ ਹਾਇਰ ਕਰ ਲਏ ਨੇ ਇਸ ਰਿਸਰਚ ਲਈ ਐਗਜ਼ੀਬਿਸ਼ਨ ਲਈ ਫਿਰ ਤੁਸੀਂ ਭਾਈ ਆ ਕੇ ਕਹਿ ਦੋ ਵੀ ਜਿਹਨੂੰ ਵੀ ਫਾਲ ਗਾਇ ਬਣਾਣਾ ਵੀ ਐਕਾਡਮੀਆ ਐਜ਼ ਅ ਪੂਰ ਜਿਹੜੀ ਰਿਸਰਚ ਇਸ ਪੂਰ ਯੂ ਵੈਰੀ ਸਰਫਸ ਲੈਵਲ ਤੇ ਤੁਸੀਂ ਪਿੱਛਾ ਛਡਾ ਲਓ ਇਹਨੂੰ ਅਗੇਨ ਜਿਹੜੀ ਐਂਟੀ ਰੈਸਿਜ਼ਮ ਨੂੰ ਇੱਕ ਰੇਸਿਜ਼ਮ ਨਾ ਬਣਾਓ ਅਗੇਂਸਟ ਚਾਹੇ ਸਿੱਖ ਹੋਵੇ ਚਾਹੇ ਪੰਜਾਬੀ ਹੋਵੇ ਚਾਹੇ ਜੱਟ ਹੋਵੇ ਹੁਣ ਆਪਾਂ ਲੈਸੇ ਆਪਾਂ ਦੋਨੋਂ ਜਾਣੇ ਜਾਤ 'ਚ ਯਕੀਨ ਨਹੀਂ ਕਰਦੇ ਪਰ ਜਿਹੜੇ ਲੋਕ ਕਰਦੇ ਨੇ ਆਪਾਂ ਉਹਨਾਂ ਤੇ ਕਿਦਾਂ ਜ਼ੋਰ ਪਾ ਸਕਦੇ ਆ ਦੇਖੋ ਦੋ ਚੀਜ਼ਾਂ ਨੇ ਜੀ ਮੈਂ ਨਾ ਹਮੇਸ਼ਾ ਅਕਸਰ ਚਲੋ ਇੱਕ ਕੁਝ ਨਿੱਜੀ ਵਿਚਾਰਧਾਰਾ ਵੀ ਹੋ ਸਕਦੀ ਆ ਜਾਂ ਇਹ ਕਹ ਲੋ ਕਿ ਇਦਾਂ ਨਹੀਂ ਵੀ ਸਮੱਸਿਆ ਮੈਂ ਐਗਜ਼ਿਸਟ ਨਹੀਂ ਕਰਦਾ ਪਰ ਹੁਣ ਡਿਸੀਜਨ ਤਾਂ ਇਹ ਲੈਣ ਵਾਲਾ ਕਿ ਕਿਸੇ ਵੀ ਸਮੱਸਿਆ ਨੂੰ ਨਜਿੱਠਣ ਦੇ ਲਈ ਤੁਸੀਂ ਉਹ ਸਮੱਸਿਆ ਦੇਆਂ ਜਿਹੜੀਆਂ 네ਗੇਟਿਵਸ ਨੇ ਉਹਨਾਂ ਨੂੰ ਬਾਰ ਬਾਰ ਉਭਾਰ ਕੇ ਡਿਸਕਸ ਕਰੀ ਜਾਣਾ ਵੀ ਜ਼ਖਮ ਕੁਰੇਦੇ ਜਾਣੇ ਨੇ ਜਾਂ ਫਿਰ ਤੁਸੀਂ ਪੋਜ਼ਿਟਿਵ ਮਿਸਾਲਾਂ ਸਿਰਜ ਦੇਣੀਆਂ ਨੇ ਜੀ ਜੀ ਕਿ ਹੁਣ ਉਹ ਹੁੰਦਾ ਨਾ ਵੀ ਇੱਕ ਕਹਿੰਦੇ ਵੀ ਤੁਸੀਂ ਕਹਿੰਦੇ ਗੱਲ ਹਮੇਸ਼ਾ ਹੁੰਦੀ ਹੈ ਐਂਟੀ ਵਾਰ ਰੈਲੀ ਹੁੰਦੀ ਆ ਹਾਂ ਕਹਿੰਦੇ ਪਰ ਉਹ ਪੀਸ ਕਰ ਲਓ ਹਾਂ ਹਾਂ ਉਹ ਨੁਕਤਾ ਇਹ ਨਿਗਾਹ ਦਾ ਹੀ ਫਰਕ ਹੈ ਬਿਲਕੁਲ ਬਿਲਕੁਲ ਕਿ ਜੇ ਤੁਸੀਂ ਕਹਿੰਦੇ ਹੋ ਵੀ ਇੱਕ ਇੱਕੋ ਹੀ ਸਮੱਸਿਆ ਜਿਹੇ ਐਗਜ਼ਿਸਟ ਕਰਦੀ ਆ ਵੀ ਜਿਹੜਾ ਵਿਅਕਤੀ ਮੰਨ ਲਓ ਇਕ ਤਾਂ ਹੁੰਦਾ ਵੀ ਤੁਸੀਂ ਬਿਮਾਰੀ ਬਾਰੇ ਗੱਲ ਕਰੀ ਜਾਓ ਬੰਦਾ ਸਿਹਤ ਠੀਕ ਬੈਠਾ ਤੁਹਾਡੇ ਸਾਹਮਣੇ ਜੀ ਤੁਸੀਂ ਉਹਦੇ ਨਾਲ ਬਿਮਾਰੀ ਬਾਰੇ ਗੱਲ ਕਰੀ ਜਾਓਗੇ ਆ ਕਰੇਗਾ ਐਦਾਂ ਬਿਮਾਰ ਹੋਨੇਗਾ ਐਦਾਂ ਬਿਮਾਰ ਹੋ ਜਾਏਗਾ ਉਹ ਸਾਰਾ ਜਿਹੜਾ ਤੁਹਾਡਾ ਨੈਰੇਟਿਵ ਆ ਉਹ 네ਗੇਟਿਵ ਹੋ ਗਿਆ ਜੀ ਜੀ ਇੱਕ ਪਾਸੇ ਤੁਸੀਂ ਉਹਦਾ ਗੱਲ ਕਰੋ ਵੀ ਜੇ ਆ ਕਰੇਗਾ ਤੁਹਾਨੂੰ ਆ ਫਾਇਦਾ ਹੋਊਗਾ ਆ ਫਾਇਦਾ ਹੋਊਗਾ ਉਹ ਜਿਹੜੀ ਸ਼ਬਦਾਂ ਦੀ ਚੋਣ ਹੈ ਜਿਹੜੀ ਉਸ ਡਿਸਕਸ਼ਨ ਦੀ એનર્ਜੀ ਆ ਉਹ ਸਕਾਰਾਤਮਕ ਹੋਏਗੀ ਉਹ ਪੋਜ਼ਿਟਿਵ ਹੋਏਗੀ ਆਈ ਥਿੰਕ ਜਿਹੜਾ ਉਹ ਡਿਵਿ ਜਿਹੜਾ ਉਹ ਡਿਫਰੈਂਸ ਆ ਉਹ ਕਈ ਵਾਰੀ ਉਹਦੀ ਘਾਟ ਨਜ਼ਰ ਆਉਂਦੀ ਹੈ ਜੀ 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 ਜ ਹੁਣ ਜਦੋਂ ਡਾਕਟਰ ਆਪਰੇਸ਼ਨ ਕਰਦੇ ਨੇ ਜੀ ਉਹ ਇਹ ਨਹੀਂ ਕਰਦੇ ਵੀ ਆਪਾਂ ਖੜੇ ਹੋ ਕੇ ਬਿਮਾਰੀ ਦੇ ਬਾਰੇ ਚਰਚਾ ਕਰੀਏ ਉਹ ਕਹਿੰਦੇ ਇਹਨੂੰ ਸੋਲਵ ਕਿੱਦਾਂ ਕਰਨਾ ਇਹਨੂੰ ਦਵਾਈ ਕਿਹੜੀ ਦੇਈਏ ਆਪਰੇਟ ਕਿੱਦਾਂ ਕਰਨਾ ਸੋ ਉਹਦੇ ਵਿੱਚ ਉਹ ਚੀਜ਼ਾਂ ਲੱਭਦੇ ਨੇ ਹਾਈਲਾਈਟ ਕਰਦੇ ਨੇ ਕਿ ਆਪਾਂ ਇਹਨਾਂ ਨੂੰ ਠੀਕ ਕਰੀਏ ਐਂਡ ਆਫ ਦਾ ਡੇ ਉਹਨਾਂ ਦਾ ਮੋਟਿਵ ਇਹ ਹੁੰਦਾ ਨਾਟ ਇਹ ਹੁੰਦਾ ਵੀ ਆਪਾਂ ਬਿਮਾਰੀ ਨੂੰ ਥੋੜੀ ਜਿਹੀ ਹੋਰ ਛੇੜ ਕਰਦੀਏ ਤਾ ਕਰਕੇ ਬੰਦਾ ਜਾ ਕੇ ਕਿਸੇ ਹੋਰ ਹਸਪੀਟਲ ਚ ਵੀ ਚਰਚਾ ਇਹਦੀ ਸ਼ੁਰੂ ਹੋ ਜਵੇ ਉਹ ਮੋਟਿਵ ਨਹੀਂ ਹੁੰਦਾ ਉੱਥੇ ਸੋ ਜਿਹੜੀ ਇਹ ਐਗਜ਼ੀਬਿਸ਼ਨ ਆ ਇਹਦੇ ਵਿੱਚ ਜਦੋਂ ਦੇਖੋ ਤੁਸੀਂ ਜਿਹੜੇ ਭਗਤ ਰਵਿਦਾਸ ਨੇ ਉਹਨਾਂ ਦਾ ਡੇਟ ਆਫ ਬਰਥ ਗਲਤ ਲਿਖਿਆ ਹੋਇਆ ਉਹ ਅੱਛਾ ਜੀ ਹਾਂਜੀ ਔਰ ਗੱਲ ਦਲਿਤ ਭਾਈਚਾਰੇ ਦੀ ਹੋ ਰਹੀ ਆ ਫਿਰ ਗੁਰਨਾਨਕ ਦੇਵ ਜੀ ਦੀ ਕੋਟ ਇੱਕ ਲਿਖੀ ਹੋਈ ਹੈ ਇੰਗਲਿਸ਼ ਟ੍ਰਾਂਸਲੇਸ਼ਨ ਦੇ ਵਿੱਚ ਉਹ ਮੈਨੂੰ ਤਾਂ ਲੱਭੀ ਨਹੀਂ ਗੁਰਮੁਖੀ ਚ ਕਿੱਥੇ ਆ ਜਾਂ ਆਪਣੇ ਗੁਰੂ ਗ੍ਰੰਥ ਸਾਹਿਬ ਚ ਕਿੱਥੇ ਆ ਸੋ ਜਿਹੜੇ ਅਕੈਡਮੀਆ ਜਰੂਰ ਸੋਚਣ ਉਹਨਾਂ ਨੇ ਕੋਟ ਕਿੱਥੋਂ ਲਈ ਡੇਟ ਆਫ ਬਰਥ ਕਿੱਥੋਂ ਲਿਆ ਇਕ ਉਹਨਾਂ ਨੇ ਲਿਖਿਆ ਹੋਇਆ ਕਿ ਅਕਾਲੀ ਸਿੱਖ ਸੰਗਤ ਅਕਾਲੀ ਸਿੰਘ ਗੁਰਦੁਆਰੇ ਦੇ ਵਿੱਚ ਜਦੋਂ ਦਲਿਤ ਭਾਈਚਾਰਾ ਗਿਆ ਤੇ ਉੱਥੇ ਉਹਨਾਂ ਦੀ ਕੋਈ ਨੋਕਚੋਕ ਹੋਈ ਉਹਨਾਂ ਨੇ ਆ ਕੇ ਆਪਣਾ ਭਗ ਦਵਾਰਾ ਜਾਂ ਗੁਰਦੁਆਰਾ ਖੋਲ ਲਿਆ ਪਰ ਹੱਲੇ ਵੀ ਬਹੁਤ ਉਸ ਜਿਨ੍ਹਾਂ ਨੇ ਜਿਹੜੇ ਕਾਸਟ 'ਚ ਯਕੀਨ ਨਹੀਂ ਕਰਦੇ ਉਹ ਦਲਿਤ ਕਾਫੀ ਸਿੱਖੀ ਫੋਲਡ 'ਚ ਆਏ ਹੋਏ ਨੇ ਜਾਂ Hindu ਫੋਲਡ 'ਚ ਆਏ ਹੋਏ ਨੇ ਜਾਂ even Muslim ਫੋਲਡ 'ਚ ਆਏ ਜਿਹੜੇ ਕਾਸਟ 'ਚ ਨਹੀਂ ਯਕੀਨ ਕਰਦੇ Christian ਜੋ ਕੁਝ ਜੋ ਵੀ ਹੈਗੇ ਨੇ ਉਹ 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 ਅੱਛੇ ਇਨਸਾਨ ਨੇ ਜੀ ਜੀ ਇਹਨੂੰ ਇਦਾਂ ਦਿਖਾਇਆ ਜਾ ਰਿਹਾ ਵੀ ਜਿੱਦਾਂ ਦਲਿਤ ਸਾਰਾ ਹੀ ਸਿੱਖ ਵਰਸਸ ਦਲਿਤ ਜਿਹੜਾ ਨੈਰੇਟਿਵ ਸਿਰਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬੇਸਿਕਲੀ ਇਸੇ ਲਈ ਮੈਂ ਜ਼ਿਕਰ ਕੀਤਾ ਸੀ ਵੀ ਜਿਹੜੇ ਚਿੰਨ੍ਹ ਤੇ ਪ੍ਰਤੀਕ ਨੇ ਜੀ ਆਪਾਂ ਨੂੰ ਉਹ ਜਿਹੜੀ ਉਹਨਾਂ ਨੇ ਸਾਨਤ ਮਾਰੀ ਹੋਈ ਉਹਦੇ ਰਮਝਾਂ ਤੇ ਰਾਸ ਸਮਝਣ ਦੀ ਲੋੜ ਆ ਉੱਥੇ ਸ਼ਤਾਨੀ ਕੀ ਕੀਤੀ ਹੋਈ ਆ ਜੀ ਜੀ